ਫਗਵਾੜਾ ਬਲਾਕ ਦੇ ਫਤਿਹਪੁਰ ਜੰਗਲ ਵਿੱਚ ਇੱਕ 26 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਨੌਜਵਾਨ ਦੀ ਪਛਾਣ ਸੌਰਵ ਠਾਕੁਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦੀ ਉਸ ਦੀ ਭਾਲ ਕੀਤੀ ਗਈ ਪਰ ਨਹੀਂ ਮਿਲਿਆ। ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੀ ਮਾਂ ਅਨੁਸਾਰ ਉਸ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਉਸ ਨੂੰ ਕਿਸੇ ਦੀ ਕਾਲ ਆਈ ਸੀ ਅਤੇ ਉਹ ਉਸ ਦਾ ਕਤਲ ਕੌਣ ਹੈ। ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ BBM ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੁਪਹਿਰ ਸਮੇਂ ਸੂਚਨਾ ਮਿਲੀ ਸੀ ਕਿ ਜੰਗਲ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ ਅਤੇ ਵਾਰਸਾਂ ਦੇ ਬਿਆਨਾਂ 'ਤੇ ਵਣ ਦੀ ਕਾਰਵਾਈ ਕੀਤੀ ਜਾਵੇਗੀ। ਕਹਿੰਦੇ ਸੂਰਵ ਕਿੱਧਰ ਚਲ ਗਿਆ ਵੀ ਮੈਂ ਫਿਰ ਕੱਪੜੇ ਕੁਪੜੇ ਚੈੱਕ ਕੀਤੇ ਆ ਅਤੇ ਕੱਪੜੇ ਸਾਰੇ ਇੱਥੇ ਪਏ ਆ ਅਤੇ ਮੇਰੇ ਦਿਲ 'ਚ ਹੋਲ ਪੈਣ ਲੱਗੇ ਕਿ ਇਹ ਜ਼ਰੂਰ ਕੋਈ ਘਾੜਾ ਹੋ ਗਿਆ ਅਤੇ ਫਿਰ ਅਸੀਂ ਸਾਨੂੰ ਸਾਰਿਆਂ ਬੋਰ ਵੀ ਦਾ ਦੋਸਤ ਘਰ ਵੀ ਗਿਆ ਦੋਸਤ ਨੂੰ ਪੁੱਛਿਆ ਉਹ ਕਹਿੰਦੇ ਕਿ ਆਂਟੀ ਸਾਡੇ ਘਰ ਨਹੀਂ ਆਇਆ ਵੀ ਐਤਵਾਰ ਆਇਆ ਹਾਂ ਅੱਗੇ ਰੋਜ਼ ਆਉਂਦਾ ਅਤੇ ਸੋਮਵਾਰ ਨਹੀਂ ਆਇਆ ਸਾਨੂੰ ਸ਼ੱਕ ਪੈਂਦਾ ਕਿ ਕਿਸੇ ਨੇ ਮਾਰਿਆ ਉਹ ਬੜਾ ਚੰਗਾ ਹੈ ਸਰ ਜੀ ਸਾਰਿਆਂ ਦੀ ਸਹਾਇਤਾ ਕਰਦਾ ਉਹ ਸਾਡੀ ਇੰਨੀ ਸੇਵਾ ਕਰਦਾ ਸਰ ਜੀ ਤੁਹਾਨੂੰ ਸ਼ੱਕ ਹੈ ਕਿ ਜਿਹਨੂੰ ਵੀ ਮਾਰਿਆ ਸਰ ਜੀ ਫੋਨ ਡਿਟੇਲ ਤੋਂ ਹੀ ਪਤਾ ਲੱਗਣਾ ਹੁਣ ਜਾਂ ਪੋਸਟਮਾਰਟਮ ਤੋਂ ਪਤਾ ਲੱਗਣਾ ਹੁਣ ਇਹ ਗੌਰਵ ਆ ਜੀ ਲੜਕਾ ਸੌਰਵ ਪੁੱਤਰ ਰਜਿੰਦਰ ਸਿੰਘ 25 ਸਾਲ ਦੀ ਉਮਰ ਹੈ ਜੀ ਉੱਥੋਂ ਡੈੱਡ ਬੋਡੀ ਮਿਲੀ ਹੈ ਜੀ ਇਹਦੀ ਸ਼ਮਸ਼ਾਨ ਘਾਟ ਨੇੜੇ ਜੀ ਉਹਨੂੰ ਚੁਕਾ ਕੇ ਸਿਵਲ ਹੋਸਪਿਟਲ BBMB ਹੋਸਪਿਟਲ ਰਖਾਇਆ ਜੀ ਉਹਦੇ ਘਰਦਿਆਂ ਦੇ ਜੋ ਬਿਆਨ ਦੇਣਗੇ ਉਹਦੇ ਹਿਸਾਬ ਨਾਲ ਕਰ ਦਿੱਤਾ।